अस्सलामुअलैकुम दोस्तों, उम्मीद है आप सब ठीक होंगे। अस्सलामुअलैकुम, की हाल है? सब ठीक ठाक हो? अल्लाह खैरियत करे सब दी। आमीन आमीन आमीन। सुनिया पाकिस्तान च भी जलजला आया, इत्थे भी जलजला आया। जलजले साडे उत्ते हमें नहीं आन दे, ते नाले अज असीं जिहड़ी गल करनी है यारां दे बारे च गल करनी है। इह भी अल्लाह दा अज़ाब है, लोकी भुल बैठे ने रब नूं, ते सिर्फ दुनियावी कम्मां दे पिछे नसन दे ने कि पैसा कमा लईए ते फड़ लो फड़ लो कर लीए, ते लोकां दा किसी तरह गला वट के साडी जेब गर्म रहे, क्यों मानी? बिलकुल। ते अज असीं गल करनी है यारी दे बारे च। इक साडे कोल इत्थे यार है, ओहदा पिछे फोन आया किसे यार दोस्त बड़ा अज़ीज़ है कि यार अंजन ना मेरी गड्डी दा एक्सीडेंट हो गया, ते मैनूं 25-30 हज़ार रुपया चाहिए। हुण खुद सोचो, जिहड़ा बंदा आप ही इत्थे फर्ज करो 70-80 हज़ार रुपया कमाण डिया है, उन्हें बोर्डिंग देनी है, खान पीन अपना करना है, घर वाले नूं 30-40-50 भेज देगा ज़्यादा तो ज़्यादा, तो यार दोस्ती 30-40 हज़ार या 25-30 हज़ार किस तरह मदद करेगा? हुण उन्हें नहीं की तो उहदा नाम मूँह बन गया, तो यार उन्हें उन्हें ब्लॉक मार दिता है। ਕਈ ਲੋਕੀ ਬਾਹਰ ਜਾ ਕੇ ਬਦਲ ਜਾਂਦੇ ਨੇ, ਸਾਨੂੰ ਵੀ ਇਹ ਸੁਣਨਾ ਪੈਂਦਾ। ਅਲੀ ਭਾਈ ਹੋਰੀ ਇੱਥੇ 14 ਸਾਲ ਤੋਂ ਨੇ, ਅਲੀ ਭਾਈ ਹੋਰਾਂ ਨੂੰ ਵੀ ਸੁਣਨਾ ਪੈਂਦਾ, ਪੁੱਛ ਲਓ ਭਾਵੇਂ। ਦੱਸੋ ਅਲੀ ਭਾਈ ਯਾਰ, ਗੱਲ ਭਲਾ ਕੀ ਹੈ? ਜਦੋਂ ਜਿੰਨੀ ਦੇਰ ਤੁਸੀਂ ਕਿਸੇ ਦੀ ਮਦਦ ਕਰਦੇ ਰਹੋ ਨਾ, ਤੁਰੇ ਤੁਸੀਂ ਉਹਦੇ ਵਾਸਤੇ ਬਹੁਤ ਅੱਛੇ ਹੋ। ਤੁਹਾਡੇ ਤੋਂ ਅੱਛਾ ਦੋਸਤ ਦੁਨੀਆਂ 'ਚ ਉਹਦੇ ਵਾਸਤੇ ਕੋਈ ਨਹੀਂ, ਅਤੇ ਜਿਸ ਟਾਈਮ ਤੁਸੀਂ ਨਾ ਕਰਤੀ ਨਾ, ਉਹਨੂੰ ਨਹੀਂ ਪਤਾ ਤੁਹਾਡੀ ਮਜਬੂਰੀ ਦਾ, ਇਸ ਟਾਈਮ ਤੁਹਾਡੀ ਕੀ ਸੂਰਤ ਹਾਲ ਹੈ। ਸਿਰਫ ਉਹਨੇ ਪਤਾ ਕਿ ਤੁਸੀਂ ਬਾਹਰ ਹੋ। ਬਿਲਕੁਲ। ਤੇ ਬਾਹਰ ਦਰਖਤਾਂ ਨਾਲ ਨੋਡ ਨਹੀਂ ਲੱਗਦੇ ਬਾਹੂ, ਸਵੇਰ ਤੋਂ ਸ਼ਾਮ ਤੱਕ ਘੀਸੀ ਘਸਾਈ ਕਰੀ ਦੀ ਹੈ, ਤੇ ਫਿਰ ਪੈਸਾ ਲੱਭਦਾ। ਬਿਲਕੁਲ ਬਿਲਕੁਲ। ਤੇ ਮੇਰੀ ਆਹੀ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਕਿ ਤੁਹਾਡੇ ਕੋਲ ਅਗਰ ਕੋਈ ਯਾਰ ਚੰਗਾ ਹੈ ਵੇ, ਤੇ ਉਹਦੀ ਕਦਰ ਕਰੋ, ਲੋਕਾਂ ਦੀ ਮਜਬੂਰੀ ਨੂੰ ਮਜਬੂਰੀ ਸਮਝੋ। ਐਂ ਨਹੀਂ ਕਿ ਆਪਣੀ ਮਜਬੂਰੀ ਮਜਬੂਰੀ ਹੈ ਅਤੇ ਅਗਲਿਆਂ ਦੀ ਬਸ ਮਜਬੂਰੀ ਡਰਾਮਾ, ਅਤੇ ਮਿਹਰਬਾਨੀ ਹੋਏਗੀ ਬਾਹਰ ਵਾਲਿਆਂ ਦੀ ਵੀ ਮਜਬੂਰੀ ਨੂੰ ਮਜਬੂਰੀ ਸਮਝਿਆ ਕਰੋ। ਬਾਹਰ ਵਾਲੇ ਲੋਕ ਆਉਂਦੇ ਨੇ, ਪਹਿਲੀ ਗੱਲ ਹੈ ਆਪਣੇ ਘਰ ਵਾਲਿਆਂ ਵਾਸਤੇ। ਯਾਰੀ ਦੋਸਤੀ ਤਾਂ ਠੀਕ ਹੈ, ਯਾਰੀ ਦੋਸਤੀ 'ਚ ਤੁਸੀਂ ਕੀ ਕਰ ਸਕਦੇ ਹੋ? ਕਿਸੇ ਨੂੰ ਅੱਛਾ ਖਾਣਾ ਖਿਲਾ ਸਕਦੇ ਹੋ, ਕੋਈ ਛੋਟਾ ਮੋਟਾ ਗਿਫਟ ਕਰ ਸਕਦੇ ਹੋ ਸ਼ਾਦੀ ਵਿਆਹ 'ਤੇ ਜਾਂ ਉਹਦੀ ਮੰਗਣੀ ਛੰਗਣੀ ਹੋਈ ਹੈ, ਅਤੇ ਇਹ ਜਿਹੜੇ ਖਰਚੇ ਹੁੰਦੇ ਨੇ ਜਾਂ ਵੱਡੀਆਂ ਫਰਮਾਇਸ਼ਾਂ ਹੁੰਦੀਆਂ ਨੇ ਨਾ, ਕਾਇੰਡਲੀ ਉਹਨਾਂ ਨੂੰ ਪਾਇਆ ਕਰੋ ਜਿਹੜੇ ਰਹਿੰਦੇ ਨੇ ਯੂਰਪ, ਆਸਟ੍ਰੇਲੀਆ, ਕੈਨੇਡਾ, ਕਿਉਂਕਿ ਉਹ ਕਮਾਉਂਦੇ ਨੇ ਲੋਕ ਡਾਲਰ। ਇਹ ਜਿਹੜੇ ਹੁੰਦੇ ਨੇ ਦੁਬਈ, ਸਾਊਦੀਆਂ ਜਾਂ ਸਾਡੇ ਹਰ ਸਾਊਥ ਅਫਰੀਕਾ, ਉਹ ਵਿਚਾਰੇ ਕਮਾਉਂਦੇ ਨੇ ਥੋੜ੍ਹੇ ਪੈਸੇ, ਅਤੇ ਤੁਹਾਨੂੰ ਵੀ ਪਤਾ ਕਿੰਨੀਆਂ ਸੈਲਰੀਆਂ ਇੱਥੇ ਹੁੰਦੀਆਂ ਨੇ। ਸਿਰਫ ਇਨਸਾਨ ਦਾ ਘਰ ਬਾਰ ਚੱਲਦਾ ਹੈ, ਅਤੇ ਨਿਜ਼ਾਮ ਆਪਣਾ ਚੱਲਦਾ ਹੈ, ਅਤੇ ਮਿਹਰਬਾਨੀ ਆਪਣੇ ਯਾਰਾਂ ਦੋਸਤਾਂ ਦੀ ਕਦਰ ਕਰੋ, ਭਾਵੇਂ ਪਾਕਿਸਤਾਨ 'ਚ ਹੋ ਅਤੇ ਭਾਵੇਂ ਜਿੱਥੇ ਬਾਹਰ ਹੋ, ਜਿੱਥੇ ਮਰਜ਼ੀ ਹੋ, ਕਿਉਂਕਿ ਆਖਰੀ ਦਿਨ ਤੱਕ ਉਹਨਾਂ ਨੇ ਤੁਹਾਡੇ ਸਾਥ ਰਹਿਣਾ, ਅਤੇ ਉਹਨਾਂ ਨੇ ਤੁਹਾਨੂੰ ਆਖਰੀ ਵਾਰੀ ਕੰਧਾ ਦੇਣਾ, ਅਤੇ ਮਿਹਰਬਾਨੀ ਹੋਏਗੀ। ਯਾਰੀ ਦੋਸਤੀ ਨਹੀਂ ਪਾਓ ਇਹ ਚੀਜ਼ਾਂ ਪਿੱਛੇ, ਪੈਸਿਆਂ ਪਿੱਛੇ, ਯਾਰੀ ਦੋਸਤੀ ਨੇ ਆਪਣੀ ਤੋਰੋ, ਮਿਹਰਬਾਨੀ ਹੋਏਗੀ। ਉਹਦੀ ਵਜ੍ਹਾ ਵੀ ਕਹਿ ਹੁੰਦੀ ਹੈ ਨਾ ਕਿ ਜਿੰਨੀ ਦੇਰ ਤੁਹਾਡੇ ਖਰਚੇ 'ਤੇ ਉਹ ਅਗਲਾ ਹੈਪੀ ਹੈ ਅਤੇ ਉਹ ਕਹੇਗਾ ਠੀਕ ਹੈ, ਅਤੇ ਤੋਂ ਵੱਧ ਹੈ ਹੀ ਕੋਈ ਨਹੀਂ ਮੇਰੇ ਵਾਸਤੇ। ਪਰ ਜਦੋਂ ਉਹ ਬੰਦਾ ਮਜਬੂਰੀ 'ਚ ਹੋਵੇ, ਉਹਨੇ ਨਾ ਕਰ ਦਿੱਤੀ ਹੈ, ਅਤੇ ਉਹ ਤੁਹਾਡੇ ਵਾਸਤੇ ਸਭ ਤੋਂ ਬੁਰਾ ਬੰਦਾ ਬਣ ਜਾਂਦਾ। ਅਤੇ ਲਿਹਾਜ਼ਾ ਜਿਹੜੇ ਹੈਗੇ ਨੇ ਨਾ ਸੱਚੇ ਦੋਸਤ, ਉਹ ਇੱਕ ਦੂਜੇ ਨੂੰ ਸਮਝਦੇ ਨੇ, ਇੱਕ ਦੂਜੇ ਦੀ ਮਜਬੂਰੀ ਨੂੰ ਵੀ ਸਮਝਦੇ ਨੇ। ਲਿਹਾਜ਼ਾ ਜਿਹੜੇ ਤੁਹਾਡੇ ਸੱਚੇ ਅਤੇ ਅੱਛੇ ਦੋਸਤ ਨੇ, ਉਹਨਾਂ ਦੀ ਕਦਰ ਕਰੋ, ਕਿਉਂਕਿ ਇਹੋ ਜਿਹੇ ਬੰਦੇ ਦੁਬਾਰਾ ਨਹੀਂ ਲੱਭਦੇ। ਪੈਸਾ ਅੱਜ ਇਹ ਕੱਲ੍ਹ ਨਹੀਂ ਹੈ, ਪਰ ਜਿਹੜਾ ਸੱਚਾ ਦੋਸਤ ਹੈ ਉਹ ਹਮੇਸ਼ਾ ਤੁਹਾਡੇ ਔਖੇ ਟਾਈਮ 'ਚ ਵੀ ਨਾਲ ਰਹੇਗਾ ਅਤੇ ਸੌਖੇ ਟਾਈਮ 'ਚ ਵੀ ਨਾਲ ਰਹੇਗਾ। ਬਿਲਕੁਲ। ਤੁਹਾਡੇ ਕੋਲ ਸਾਈਕਲ ਹੋਏਗੀ ਫਿਰ ਵੀ ਹੋਏਗਾ, ਪਾਕਿਸਤਾਨ 'ਚ 70 ਹੋਏਗੀ ਫਿਰ ਵੀ, ਅਤੇ ਭਾਵੇਂ ਤੁਹਾਡੇ ਕੋਲ ਕਾਰ ਆਈਏਗੀ ਉਹ ਫਿਰ ਵੀ ਤੁਹਾਡੇ ਨਾਲ ਹੋਏਗਾ, ਅਤੇ ਮਿਹਰਬਾਨੀ ਹੈ ਕਦਰ ਕਰ ਲਓ ਹੈ, ਕਿਉਂਕਿ ਸਾਡੇ ਕੋਲ ਹੈ ਨੇ, ਅਲਹਮਦੁਲਿਲਾ ਅਸੀਂ ਕਦਰ ਕਰਨੇ ਹਾਂ। ਜਿਨ੍ਹਾਂ ਦੀ ਯਾਰੀ ਟੁੱਟਦੀ ਹੈ ਨਾ, ਅਤੇ ਉਹ ਵਿਚਾਰੇ ਰਾਤੀ ਇੱਥੇ ਰੋਂਦੇ ਨੇ, ਅਤੇ ਨਾਲੇ ਸਿਗਰਟ ਪੀਂਦੇ ਨੇ, ਰੋਟੀ ਵੀ ਨਹੀਂ ਖਾਂਦੇ ਹੈ, ਯਾਰੀ ਪਿੱਛੇ ਹੈ, ਹਲੇ ਘਰ ਵਾਲਿਆਂ ਪਿੱਛੇ ਨਹੀਂ ਗੱਲ ਹੋਣ ਦੀ, ਯਾਰੀ ਪਿੱਛੇ, ਅਤੇ ਸਾਨੂੰ ਉਹਨਾਂ ਉੱਤੇ ਤਰਸ ਆਉਂਦਾ ਕਿ ਯਾਰ ਇਹ ਵੇਖੋ ਕਿੰਨੇ ਪਰੇਸ਼ਾਨ ਹੈ ਆਪਣੀ ਯਾਰੀ ਪਿੱਛੇ, ਅਤੇ ਜਿਹੜਾ ਪਾਕਿਸਤਾਨ ਹੈ ਜਿਹਨੇ ਫਰਮਾਇਸ਼ ਕਰ ਦਿੱਤੀ ਹੈ, ਜਿਹਨੇ ਬਲਾਕ ਮਾਰ ਦਿੱਤਾ, ਉਹਦੇ ਕਿਸੇ ਨੂੰ ਵੀ ਨਹੀਂ ਪਰਵਾਹ ਹੈ। ਸਮਝਦੇ ਤੁਸੀਂ ਕਿ ਇਹ ਹੋ ਗਿਓ ਜਿਹੜੀ ਮੈਂ ਗੱਲ ਨਹੀਂ ਕਹਿਣਾ ਚਾਹੁੰਦਾ ਹੈ, ਅਤੇ ਮਿਹਰਬਾਨੀ ਹੈ ਆਪਣੇ ਯਾਰਾਂ ਦੀ ਕਦਰ ਕਰੋ, ਹੈ ਘਰ ਵਾਲਿਆਂ ਦੇ ਨਾਲ ਨਾਲ ਉਹਨਾਂ ਦੀ ਬਹੁਤੀ ਕਦਰ ਕਰੋ। ਮੇਨ ਵਜ੍ਹਾ ਇਹੀ ਹੁੰਦੀ ਹੈ ਬਾਊ ਕਿ ਪੈਸਾ ਹਰ ਚੀਜ਼ ਨਹੀਂ ਹੁੰਦੀ, ਪੈਸੇ ਦੇ ਪਿੱਛੇ ਜੇ ਤੁਸੀਂ ਰਹੋਗੇ ਨਾ ਤਾਂ ਤੁਸੀਂ ਕੋਈ ਚੰਗਾ ਯਾਰ ਦੋਸਤ ਨਹੀਂ ਬਣਾ ਸਕਦੇ, ਕਿਉਂ? ਜਿੰਨੀ ਦੇਰ ਤੁਹਾਡੇ ਕੋਲ ਪੈਸਾ ਹੈ ਉਹ ਤੁਹਾਡਾ ਬੇਲੀ ਹੈ। ਜਿਸ ਦਿਨ ਤੁਸੀਂ ਮੁਸ਼ਕਲ 'ਚ ਆ ਕੇ ਤੁਸੀਂ ਲੱਖ ਬੰਦੇ ਦੀ ਮਦਦ ਕੀਤੀ ਹੋਵੇ, ਉਹ ਤੁਹਾਡੀ ਮਦਦ ਨੂੰ ਕਦੀ ਨਹੀਂ ਹੈਗਾ, ਉਹਨੇ ਆਪ ਕਹਿ ਦੇਣਾ ਯਾਰ ਮੇਰੇ ਆਪਣੇ ਹਾਲਾਤ ਨਹੀਂ ਠੀਕ। ਤੁਸੀਂ ਇਹ ਤਾਂ ਸੋਚੋ ਕਿ ਉਹ ਕਿਸ ਬੰਦੇ ਨੇ ਕਿਸ ਮਜਬੂਰੀ ਦੇ ਤਹਿਤ ਤੁਹਾਨੂੰ ਕਿਹਾ ਹੈ, ਅਗਰ ਤੁਹਾਡੇ ਕੋਲ ਹੈ ਤੇ ਲਾਜ਼ਮੀ ਉਹਦੀ ਮਦਦ ਕਰੋ, 100 ਵਾਰੀ ਪਹੁੰਚੋ ਹੈ ਉਹਦੀ ਮਦਦ ਕਰੋ, ਤੇ ਜੇ ਨਹੀਂ ਹੈ ਤੇ ਦੂਸਰਿਆਂ ਨੂੰ ਵੀ ਸੋਚਣਾ ਚਾਹੀਦਾ। ਮੈਂ ਇੱਕ ਗੱਲ ਨਹੀਂ ਕਹਿਣ ਡਿਆ, ਦੋਵਾਂ ਵੱਲੋਂ ਕਹਿਣ ਡਿਆ, ਜੇ ਹੈ ਤੇ 100 ਵਾਰੀ ਉਹਦੇ ਪਹੁੰਚੋ ਹੈ, ਕੋਈ ਗੱਲ ਨਹੀਂ, ਅੱਜ ਉਹਨੇ ਤੁਹਾਡੇ ਕੋਲ ਮੰਗੀ ਹੈ, ਕੱਲ੍ਹ ਨੂੰ ਕਿ ਕਿਹਦਾ ਨੇ ਵਾਪਸ ਕਰ ਦੇਣੀ ਹੈ, ਤੇ ਅਗਰ ਨਹੀਂ ਹੈ ਤੇ ਅਗਲਿਆਂ ਨੂੰ ਸਮਝਣਾ ਚਾਹੀਦਾ ਕਿ ਯਾਰ ਅਗਲਾ ਸ਼ਾਇਦ ਇੰਨਾ ਮਜਬੂਰ ਹੈ,
ਉਹ ਮੈਨੂੰ ਨਾ ਕਰਨ ਡਿਆ ਹੈ ਕਿਉਂਕਿ ਕਿਸੇ ਦਾ ਦਿਲ ਨਹੀਂ ਕਰਦਾ ਹੈ ਯਾਰੀ ਦੋਸਤੀ 'ਚ ਰਿਸ਼ਤੇਦਾਰੀ 'ਚ ਨਾ ਕਰੇ ਕਿਉਂਕਿ ਮੇਰੇ ਕੋਲ ਮਦਦ ਮੰਗਣਾ ਹੈ ਅਤੇ ਮੈਂ ਅੱਗੋਂ ਨਾ ਕਰਦਾ ਹੈ ਅਤੇ ਗੱਲ ਨੂੰ ਸਮਝੋ ਹੈ ਓਕੇ ਅੱਲਾ ਹਾਫਿਜ਼ ਨਹੀਂ